ਧੰਨ ਧੰਨ ਬਾਬਾ ਸ਼ੇਖ ਸ਼ਾਹਵਾਲੀ ਜੀ ਦੇ ਦਰਬਾਰ 'ਤੇ ਆਈਆਂ ਸੰਗਤਾਂ ਨੂੰ ਸਾਰੀ ਪ੍ਰਬੰਧਕ ਕਮੇਟੀ ਵੱਲੋਂ, ਮੇਲਾ ਪ੍ਰਬੰਧਕ ਕਮੇਟੀ ਨਗਰ ਵੱਲੋਂ ਜੀ ਆਇਆਂ। ਸਰਦਾਰ ਮੇਜਰ ਸਿੰਘ ਜੀ ਪ੍ਰਧਾਨ, ਜੋ ਸਟੇਜ ਦੇ ਸੰਚਾਲਕ ਵੀ ਨੇ, ਉਹਨਾਂ ਦੀ ਬਦੌਲਤ ਤੁਹਾਡੇ ਰੂਬਰੂ ਦਰਸ਼ਨ ਕਰ ਰਹੇ ਹਾਂ। ਆਓ, ਮੇਰੇ ਪਾਤਸ਼ਾਹ, ਮੇਰੇ ਪਿਤਾ ਜੀ, ਸਾਰੀ ਲੁਕਾਈ ਦੇ ਮਾਲਕ, ਉਹਨਾਂ ਦੀ ਯਾਦ ਵਿੱਚ ਆਪਾਂ ਇੱਕ ਹਾਜ਼ਰੀ। ਸਭ ਨੂੰ ਅਸੀਂ ਬੁਲਾਉਣਾ ਕਦੀ ਨਾ ਮੱਥੇ ਤੇ ਵੱਟ ਪਾਉਣਾ, ਸਭ ਅਸੀਂ ਅਸੀਂ ਬੁਲਾਉਣਾ ਕਦੀ ਨਾ ਮੱਥੇ ਤੇ ਵੱਟ ਪਾਉਣਾ, ਹਾੜੀ ਨਜ਼ਰ ਨਾ ਲੱਗ ਜਾਵੇ। ਉਹ ਜ਼ਿੰਦਗੀ ਦੋ ਕੜੀਆਂ ਦਾ ਮੇਲਾ ਕੀ ਪਤਾ ਮੁੜ ਕੇ ਕਦ ਆਵੇ, ਆ ਜ਼ਿੰਦਗੀ ਦੋ ਕੜੀਆਂ ਦਾ ਮੇਲਾ ਕੀ ਪਤਾ ਮੁੜ ਕੇ ਕਦ ਆਵੇ। ਕਈ ਵਾਰੀ ਤਾਂ ਹਾਸੇ ਖਿੜਕਣ ਪੈਂਦੇ ਫੁੱਲਾਂ ਚੋਂ, ਟਿਕਦਾ ਜਿਵੇਂ ਸ਼ਬਾਵਨ ਕਰਕੇ ਖਿੜਿਆ ਫੁੱਲਾਂ ਚੋਂ, ਸਾਡੀ ਜਵਰੀ ਉਹ ਮਾਰੀ ਜਾਂਦਾ ਵਿੱਚੋਂ ਵਿੱਚ ਹੀ ਸਾਰੀ, ਕੋਈ ਗੱਲ ਦਿਲ ਤੇ ਨਾ ਲਾਵੇ। ਜ਼ਿੰਦਗੀ ਦੋ ਕੜੀਆਂ ਦਾ ਮੇਲਾ ਕੀ ਪਤਾ ਮੁੜ ਕੇ ਕਦ ਆਵੇ, ਆ ਜ਼ਿੰਦਗੀ ਦੋ ਕੜੀਆਂ ਦਾ ਮੇਲਾ ਕੀ ਪਤਾ ਮੁੜ ਕੇ ਕਦ ਆਵੇ। ਧੰਨਵਾਦ ਕਰਦੇ ਹਾਂ ਜੀ। ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆ ਕਿ ਜਿਹੜੇ ਵਾਫਰ ਸਾਡੇ ਵੀਰ ਛੋਟੇ ਚਾਹੇ ਵੱਡੇ ਆ, ਹੱਥ ਜੋੜ ਕੇ ਬੇਨਤੀ ਕਰਦੀ ਪੰਚਾਇਤ ਵੱਲੋਂ ਵੀ ਥੱਲੇ ਜਾਣ ਦੀ ਕਿਰਪਾਲਤਾ ਕਰਨ। ਜੇ ਨਹੀਂ ਜਾਣਾ ਤਾਂ ਸਾਡੇ ਮੁਲਾਜ਼ਮ ਸਾਹਿਬ ਹੱਥ ਜੋੜ ਕੇ ਬੇਨਤੀ ਕਰਦੇ, ਉੱਤਰ ਦੀ ਕਿਰਪਾਲਤਾ ਕਰੋ। ਸਾਡੇ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ। ਧੰਨਵਾਦ ਕਰਦੇ ਹਾਂ ਜੀ ਗੁਰਮੀਤ ਪੰਨਾਲਾ ਜੀ, ਇੱਕ ਦੋ ਗੀਤਾਂ ਦੇ ਨਾਲ ਤੁਹਾਡੀ ਸੇਵਾ 'ਚ ਭੁੱਲੋ ਬੁਲੰਦ ਆਵਾਜ਼ ਦੇ ਮਾਲਿਕ ਸਾਹਿਬਾਨ। ਹੋਰ ਜਿੰਨੀਆਂ ਸ਼ਖਸੀਅਤਾਂ ਸਾਰਿਆਂ ਨੂੰ ਮੇਰੇ ਵੱਲੋਂ ਬਾਬਾ ਜੀ ਦੇ ਮੇਲੇ ਦੀ ਲੱਖ ਲੱਖ ਵਧਾਈ ਹੋਵੇ। ਹਾਂਜੀ, ਰੂਪਿਆ ਤੇਰਾ ਨਿਹਰ ਦਿਲ ਜਾ ਦੇ ਮੋਈ, ਹੋ ਵਿੱਚ ਵਰਨ ਵਾਲੇ ਗੁਰਮੀਤ ਕਹਿੰਦਾ ਨਹੀਂ, ਤੇਰੇ ਵਰਗੀ ਕੋਈ ਮੋਰਾ ਵਾਲੀ ਤੋਂ ਰਕਾਨ ਸਿੱਖ ਗਈ ਮੋਰਾ ਤੋਂ, ਰੂਪ ਲਗਾ ਕੇ ਰੱਖਿਆ ਰਕਾਨ ਸਿੱਖ ਗਈ ਮੋਰਾ ਤੋਂ, ਰੂਪ ਲਗਾ ਕੇ ਰੱਖਿਆ ਸੀ ਤੂੰ ਸਿੱਧਿਆ ਮੋਰਾ ਤੋਂ, ਪੂਰਾ ਵਾਲੀ ਤੋਂ ਰਕਾਨ
ਕਾਨ ਸਿੱਖ ਗਈ ਮੋਰਾ ਤੋਂ ਰੂਪ ਲਗਾ ਕੇ ਰੱਖਿਆ ਸੀ ਤੂੰ ਦਿਲ ਤੋਰਾ ਤੋਂ ਤੱਕ ਪਤਾ ਨਾ ਲੱਗਾ ਸੋਹਣਿਆ ਫੁੱਲਾਂ ਦਾ ਸੋਹਣੇ ਫੁੱਲਾਂ ਦਾ ਤੂੰ ਰੂਪ ਚੜਾ ਰਹੀ ਰੰਗ ਦਾ ਰੂਪ ਚੜਾ ਰਹੀ ਰੰਗ ਜਿਹਾ ਵੀ ਫੁੱਲਾਂ ਦਾ ਰੂਪ ਚੜਾ ਰਹੀ ਰੰਗ ਜਿਹਾ ਵੀ ਫੁੱਲਾਂ ਦਾ ਕਰਕੇ ਹੋਜ ਭੁਲਾਵੇ ਯਾਰਾਂ ਦੀ ਆਵਾਰ ਰਹਿਣਾ ਦਾ ਕਰਕੇ ਹੋਜ ਭੁਲਾਵੇ ਯਾਰਾਂ ਦੀ ਮੇਰੇ ਲੱਗ ਬੁੱਲਾਂ ਨੂੰ ਜਾਵੇ ਹੈ ਲੱਗ ਬੁੱਲਾਂ ਨੂੰ ਮੇਰੇ ਲੱਗ ਬੁੱਲਾਂ ਨੂੰ ਜਾਵੇ ਪਾਣੀ ਦਿਲਦਿਆਂ ਫੁੱਲਾਂ ਦਾ ਪਾਣੀ ਦਿਲਦੇ ਫੁੱਲਾਂ ਦਾ ਦੂਣਾ ਰੂਪ ਜਿਹੜਾ ਰੰਗ ਗੁਲਾਬੀ ਫੁੱਲਾਂ ਦਾ ਆ ਦੂਣਾ ਰੂਪ ਜਿਹੜਾ ਰੰਗ ਗੁਲਾਬੀ ਫੁੱਲਾਂ ਦਾ ਤੇ ਦੂਣਾ ਰੂਪ ਜਿਹੜਾ ਰੰਗ ਗੁਲਾਬੀ ਫੁੱਲਾਂ ਦਾ ਜਾਵੇ ਖੇਤਾਂ ਨੂੰ ਪੌਣਪੁਰੇ ਦੀ ਬਣ ਕੇ ਸਾਰੀ ਜਾਵੇ ਰੇਤਾਂ ਨੂੰ ਪੌਣਪੁਰੇ ਦੀ ਬਣ ਕੇ ਸਾਰੀ ਜਾਵੇ ਰੇਤਾਂ ਨੂੰ ਨਾਲ ਪਸੀਨੇ ਤੁੰਦਾ ਨਾਲ ਪਸੀਨੇ ਨਾਲ ਪਸੀਨੇ ਤੁੰਦਾ ਏ ਰੰਗ ਮਹੀਆ ਮੁੱਲਾਂ ਦਾ ਰੰਗ ਮਹੀਏ ਮੁੱਲਾਂ ਦਾ ਦੂਣਾ ਰੂਪੜਾ ਗੁਲਾਬੀ ਫੁੱਲਾਂ ਦਾ ਦੂਣਾ ਰੂਪੜਾ ਗੁਲਾਬੀ ਫੁੱਲਾਂ ਦਾ ਦੂਣਾ ਰੂਪੜਾ ਗੁਲਾਬੀ ਫੁੱਲਾਂ ਦਾ ਦੂਣਾ ਰੂਪੜਾ ਰੰਗ ਗੁਲਾਬੀ ਫੁੱਲਾਂ ਦਾ ਰੂਪੇ ਤੇ ਗੁਲੇ
ਚੜਿਆ ਫਿਰਦਾ ਗੁੱਟ ਸਰਦਾਰਾਂ ਦਾ ਓ ਬਰਨਾਲਾ ਗਰਮੀ ਤਨੀ ਅੜੀਏ ਯਾਰ ਹੈ ਯਾਰਾਂ ਦਾ ਓ ਬਰਨਾਲਾ ਗਰਮੀ ਤਨੀ ਅੜੀਏ ਯਾਰ ਹੈ ਯਾਰਾਂ ਦਾ ਰਾਜੋ ਕੇ ਦੇ ਮੰਗੇ ਉਹਨੂੰ ਰਾਜੋ ਕੇ ਦੇ ਰਾਜੋ ਕੇ ਦੇ ਮੰਗੇ ਵਾਂਗ ਹੋ ਕੇ ਤੁਲਾਂਗਾ ਸੁਣੇ ਹੋ ਕੇ ਤੁਲਾਂਗਾ तू दाता सबना जिया दा तू दाता सबना जिया दा ते भले बुरे सब तेरे तू दाता सबना जिया दा भले बुरे सब तेरे तू दाता सबना जिया दा पीर बाबा शेर शाह सूरी जी क्योंकि फिरोजपुर भी बहुत वड्डी जगह बनी है बहुत मानता उ बाबा जी और तुहानू सारे नू तंदुरुस्ती बख्शे चढ़दियां कलां बख्शे तुहाडियां मनोकामना पूरियां करे की हाल है संत जी तगड़ियां जमें ठीक आ उलिया चल ठीक ही कहेदा सारा कुछ ठीक है होर सुना किवें ਹੋਰ ਤਾਂ ਗੱਲਾਂ ਬਾਅਦ ਸੁਣਾਨੀ ਆ ਤੇਰਾ ਹਾਲ ਚਾਲ ਵੀ ਬਾਅਦ ਚ ਪੁੱਛਦੀ ਆ 15 ਸਾਲ ਹੋ ਗਏ ਮੈਨੂੰ ਤੈਨੂੰ ਆਈ ਵੇਖਦੀ ਨੂੰ ਗਰੀਬੀ ਤਬਕੇ ਵਿੱਚ ਹੀ ਅਮਲੀ ਆ ਤੂੰ ਕਦੇ ਮੈਨੂੰ ਆਪਣੇ ਖਾਨਦਾਨ ਬਾਰੇ ਨਹੀਂ ਦੱਸਿਆ ਵੀ ਤੇਰਾ ਖਾਨਦਾਨ ਕੀ ਆ ਉਹ ਖਾਨਦਾਨ ਕੀ ਹੋਣਾ ਚੱਲਦੀ ਫਿਰਦੀ ਵਰਕਸ਼ਾਪ ਆ ਖਾਨਦਾਨ ਖੂਨ ਤੋਂ ਸਾਡਾ ਕੋਈ ਹੈ ਨਹੀਂ ਭਲਾ ਬਾਪੂ ਕੀ ਕਰਦਾ ਸੀ ਤੇਰਾ ਬਾਪੂ ਮੇਰਾ ਸੰਤੀ ਇਹ ਘੁਲਦਾ ਸੀ ਅੱਛਾ ਐਡਾ ਵੱਡਾ ਭਲਵਾਨ ਹੋਇਆ ਮਰ ਜਣੇ ਘੁਲਦਾ ਸੀ ਨਹੀਂ ਨਹੀਂ ਭਲਵਾਨ ਨਹੀਂ ਸੀ ਘੁਲਦਾ ਸੀ ਵੀ ਮੈਂ ਉਹੀ ਕਹਿੰਦੀ ਆ ਕਿੰਨਾ ਉਸ ਬੰਦੇ ਦਾ ਪਿੰਡ ਚ ਨਾ ਹੋ ਨਗਰ ਚ ਨਾ ਹੋ ਇਲਾਕੇ ਚ ਨਾ ਹੋ ਐਡਾ ਵੱਡਾ ਭਲਵਾਨ ਹੋਇਆ ਉਹ ਮੈਂ ਕਹਿੰਦਾ ਭਲਵਾਨ ਨਹੀਂ ਸੀ ਪੜਦਾ ਵੀ ਕਾ ਤੇਰਾ ਕੋਲਦਾ ਸੀ ਨੰਗ ਭੁੱਖ ਨਾ ਕੋਲਦਾ ਸੀ ਐ ਮੈਨੂੰ ਦਲੀਲ ਕਰਨ ਵਾਲੀ ਗੱਲ ਆ ਕੌਣ ਬੰਦਾ ਨਹੀਂ ਚਾਹੁੰਦਾ ਕਿ ਮੈਂ ਅਮੀਰ ਨਾ ਹੋਵਾਂ ਆਹੋ ਹਰ ਬੰਦਾ ਚਾਹੁੰਦਾ ਮੇਰੇ ਕੋਲ ਚੰਗੀ ਕੋਠੀ ਹੋਵੇ ਕੋਠੀ ਨਹੀਂ ਤਾਂ ਚੰਗਾ ਮਕਾਨ ਹੋਵੇ ਆਹੋ ਔਰ ਕਾਰ ਵੀ ਹੋਣੀ ਚਾਹੀਦੀ ਕਾਰ ਨਹੀਂ ਤਾਂ ਚੰਗਾ ਮੋਟਰਸਾਈਕਲ ਹੋਣਾ ਚਾਹੀਦਾ ਮੈਂ ਕਦੇ ਨਹੀਂ ਸੋਚਿਆ ਅਮੀਰ ਹੋਣ ਵਾਸਤੇ ਟਹਿ ਜਣੇ ਆ ਸੋਚਿਆ ਕਿਉਂ ਮੈਂ ਬੜੀ ਕੋਸ਼ਟ ਕੀਤੀ ਹੈ ਫਿਰ ਮੈਂ ਸੋਚਿਆ ਵੀ ਪੈਸਾ ਇਕੱਠਾ ਕਿਵੇਂ ਹੁੰਦਾ ਸਭ ਤੋਂ ਪਹਿਲਾਂ ਮੈਂ ਬੀਬੀਆਂ ਵੱਲ ਨਿਗਾਹ ਮਾਰੀ ਵੀ ਬੁੜੀਆਂ ਨਾ ਕਮੇਟੀ ਪਾ ਕੇ ਪੈਸੇ ਚੰਗੇ ਜੋੜ ਲੈਣ ਇਹ ਤੇਰੀ ਗੱਲ ਸਹੀ ਹੈ ਉਹ ਸਾਡੇ ਮਹੱਲੇ 'ਚ ਕੋਈ ਬੁੜੀ 3-4 ਸਾਲ ਤੋਂ ਕਿਰਾਏ ਤੇ ਰਹਿੰਦੀ ਸੀ ਅੱਛਾ ਉਹਨੇ ਕਿਤੇ ਪਿਛਲੇ ਸਾਲ ਕਮੇਟੀ ਪਾ ਮੈਂ ਵੀ ਕਮੇਟੀ ਉਹਦੇ ਕੋਲੇ ਬੁੜੀ ਕੋਲੇ ਪਾਤੀ ਆ ਚੰਗਾ ਕੀਤਾ ਜਿਹੜੀ ਕਮੇਟੀ ਪਾਤੀ ਤੇਰੇ 4 ਪੈਸੇ ਜੁੜ ਜਾਣਗੇ ਮੈਂ ਕਹਿੰਦਾ ਹੁਣ ਮੈਂ ਪੈਸੇ ਜੋੜੇ ਹੀ ਜੋੜੇ ਮੈਂ ਕਿਹਾ ਅਖੀਰਲੀ ਕਮੇਟੀ ਚੱਕੂ ਆਹੋ ਉਦੋਂ ਵੀ ਮੇਰਾ ਕਿਸਮਤ ਨੇ ਸਾਥ ਨਹੀਂ ਦਿੱਤਾ ਕੀ ਹੋ ਗਿਆ ਇਹ ਵੇਲਾ ਵੀ ਸੰਤੀ ਇਹ ਸੋਮਵਾਰ ਨੂੰ ਮੇਰੀ ਕਮੇਟੀ ਨਿਕਲੀ ਹੈ ਅੱਛਾ ਮੰਗਲਵਾਰ ਨੂੰ ਕਮੇਟੀਆਂ ਪਵਾਉਣ ਵਾਲੀ ਨਿਕਲ ਗਈ ਉਹ ਬਾਅਦ ਚ ਮੈਨੂੰ ਲੱਗਦਾ ਰਿਹਾ ਬੱਸਾਂ ਬੁੱਸਾਂ ਦੇ ਜਿਹੜੇ ਮੇਰੇ ਕੋਲ 4 ਪੈਸੇ ਸੀ ਉਹ ਵੀ ਮੇਰੇ ਘਰੋਂ ਘਰ ਬੜਾ ਮਾੜਾ ਹੋਇਆ ਅਮਲੀਆ ਫਿਰ ਮੈਂ ਸੋਚਿਆ ਵੀ ਮੈਂ ਪੋਲਿਟਿਸ਼ਨ ਚ ਹੱਥ ਜਮਾ ਕੇ ਦੇਖਾਂ ਅੱਛਾ ਪਹਿਲਾਂ ਸਰਪੰਚ ਤੋਂ ਸ਼ੁਰੂ ਹੁੰਨੇ ਆ ਹਾਂ ਬਈ ਜੇ ਸਰਪੰਚ ਬਣ ਗਏ ਕਦੀ ਗ੍ਰਾਂਟ ਗਰੂੰਟ ਇਧਰ ਕਰਕੇ ਮੈਂ ਮਕਾਨ ਚੰਗਾ ਬਣਾ ਆਪਾਂ ਕਿਹੜਾ ਪਤਾ ਲੱਗਣ ਦੇਣਾ ਜਦੋਂ ਚੋਣ ਨਿਸ਼ਾਨ ਮਿਲਣ ਲੱਗੇ ਨਾ ਉਦੋਂ ਹੀ ਮੈਨੂੰ ਪਤਾ ਲੱਗ ਗਿਆ ਸੀ ਹੁਣ ਵੀ ਮੇਰਾ ਕਿਸਮਤ ਨੇ ਸਾਥ ਨਹੀਂ ਦਿੱਤਾ ਕੀ ਹੋ ਗਿਆ ਕਿਸੇ ਨੂੰ ਚੋਣ ਨਿਸ਼ਾਨ ਮਿਲੀ ਤੱਕੜੀ ਅੱਛਾ ਕਿਸੇ ਨੂੰ ਚੋਣ ਨਿਸ਼ਾਨ ਮਿਲਿਆ ਕਮਲ ਦਾ ਫੁੱਲ ਕਿਸੇ ਨੂੰ ਚੋਣ ਨਿਸ਼ਾਨ ਮਿਲੀ ਬੱਸ ਵੇ ਤੈਨੂੰ ਕੀ ਮਿਲਿਆ ਮੈਨੂੰ ਚੋਣ ਨਿਸ਼ਾਨ ਮਿਲੀ ਮੂਲੀ ਮੂਲੀ ਬਾਕੀ ਤਾਂ ਸਾਰੇ ਲੋਕ ਚੋਣ ਨਿਸ਼ਾਨਾਂ ਤੇ ਮੋਹਰਾਂ ਲਾ ਕੇ ਜਾਇਆ ਕਰਨ ਤੇਰੀ ਮੂਲੀ ਤੇ ਮੇਰੀ ਮੂਲੀ ਤੇ ਲੂਣ ਲਾ ਕੇ ਜਾਇਆ ਕਿਉਂ ਉਹ ਮੈਂ ਪੁੱਛਿਆ ਮੈਂ ਕਿਹਾ ਯਾਰ ਲੂਣ ਕਾਤੋਂ ਲਾਉਂਦੇ ਹੋ ਕਹਿੰਦੇ ਅੱਜ ਕੱਲ ਗਰਮੀ ਜੀ ਆ ਬਗੈਰ ਲੂਣ ਤੋਂ ਵੱਧ ਹਜ਼ਮੀ ਜੀ ਕਰਦੇ ਆ ਜਨਾਨੀ ਦਾ ਪੈਰ ਪੈ ਜੇ ਨਵੇਂ ਜੀ ਦਾ ਬੱਲੇ ਬੱਲੇ ਹੋ ਜਾਂਦੀ ਆ ਲਕਸ਼ਮੀ ਘਰ ਆਜੂਗੀ ਚੰਗਾ ਹੀ ਹੋਊ ਕਈ ਪਰਿਵਾਰਾਂ ਚੋਂ ਤੁਸੀਂ ਦੇਖਿਆ ਨਾ ਅਗਲੇ ਕਹਿੰਦੇ ਜਦੋਂ ਦੀ ਸਾਡੀ ਬਹੂ ਆਈ ਆ ਨਾ ਘਰ ਚ ਉਦੋਂ ਦੇ ਸਾਡੇ 4 ਚੰਨ ਲੱਗੇ ਹੋਏ ਆਹੋ ਇਹ ਫੇਰ ਮੈਂ ਮੁੰਡੇ ਤਰਸੇਮ ਨੂੰ ਕਿਹਾ ਸੌਣ ਵਾਲੇ ਅੱਛਾ ਮੈਂ ਕਿਹਾ ਫਿਰਦਾ ਤੁਰਦਾ ਬਾ ਸਾਰਾ ਪੰਜਾਬ ਗਾਇਆ ਮੈਂ ਕਿਹਾ ਤਰਸੇਮ ਇਹਨੇ ਫਿਰ ਮੈਨੂੰ ਕੁੜੀ ਦੀ ਦੱਸ ਪਾਈ ਅੱਛਾ ਮੈਂ ਦੇਖਣ ਚਲਿਆ ਬਈ ਕੁੜੀ ਵਾਲਿਆਂ ਨੂੰ ਮੈਂ ਪਸੰਦ ਆ ਗਿਆ ਤੇ ਤੂੰ
ਤੇ ਮੈਨੂੰ ਕੁੜੀ ਆਏ ਪਸੰਦ ਆ ਗਈ। ਲੈ ਭਜਨਿਆ ਹੋਰ ਕੀ ਚਾਹੀਦਾ। ਕਹਿੰਦੇ ਵੀ ਕੁੜੀ ਦੀ ਬੇਬੇ ਬਾਥਰੂਮ ਚ ਨਹਾਉਣ ਗਈ ਆ। ਅੱਛਾ, ਉਹ ਬਾਹਰ ਆ ਕੇ ਜੇ ਉਹਨੇ ਤੈਨੂੰ ਪਸੰਦ ਕਰ ਲਿਆ ਫੇਰ ਆਪਾਂ, ਮੈਂ ਕਿਹਾ ਫਿਰ ਮੈਂ ਚੁੰਨੀ ਚੜਾ ਕੇ ਲੈ ਜਾਣੀ ਆ, ਖਰਚਾ ਨਾ ਮੈਂ ਤੁਹਾਡਾ ਕਰਾਉਣਾ ਨਾ ਮੇਰੇ ਕੋਲੇ ਹੈ ਖਰਚਾ। ਤੂੰ ਬੜਾ ਚੰਗਾ ਸੋਚ ਲਿਆ ਕੁੜੀ ਵਾਲਿਆਂ ਦਾ। ਕੁੜੀ ਦੀ ਮਾਂ ਜਦੋਂ ਬਾਥਰੂਮ ਚੋਂ ਬਾਹਰ ਆ ਕੇ ਨਿਕਲੀ, ਜਦੋਂ ਉਹਨੇ ਮੈਨੂੰ ਦੇਖਿਆ ਫੇਰ ਉਹ ਬੁੜੀ ਮੈਨੂੰ ਦੇਖ ਕੇ ਬੇਹੋਸ਼ ਹੋ ਗਈ। ਬੇਹੋਸ਼ ਹੋ ਗਈ? ਉਹ ਘਰਦਿਆਂ ਨੇ ਉਹਦੇ ਮੂੰਹ ਤੇ ਛਿੱਟੇ ਛੁੱਟੇ ਮਾਰ ਕੇ ਜਦੋਂ ਉਹਨੂੰ ਹੋਸ਼ ਆਈ, ਘਰਦਿਆਂ ਨੇ ਪੁੱਛਿਆ ਬੇਬੇ ਤੂੰ ਬੇਹੋਸ਼ ਕਾਹਤੋਂ ਹੋ ਗਈ ਸੀ। ਬੇਬੇ ਕੀ ਕਹਿੰਦੀ? ਕਹਿੰਦੀ ਅੱਜ ਤੋਂ 18 ਸਾਲ ਪਹਿਲਾਂ ਕੰਜਰੇ ਮੈਨੂੰ ਵੀ ਦੇਖਣ ਆਇਆ ਸੀ। ਮੈਂ ਕਿਹਾ ਯਾਰ ਬੜੀ ਹਰੇ ਹਰੇ ਗੁਰਬੇਜ ਸਾਹਿਬ ਸੰਧੂ ਸਾਉਂਡ ਹਲਕ ਖੁਸ਼ੀਆਂ ਪਾਤਸ਼ਾਹੀਆਂ ਜੀ ਮੇਰਾ ਸਤਿਗੁਰੂ ਮਦਰ ਕਰੇ। ਅੱਜ ਉਸ ਮਾਲਕ ਨੇ ਮਿਹਰ ਕੀਤੀ ਹੈ ਬਾਬਾ ਜੀ ਦੇ ਚਰਨਾਂ ਦੇ ਵਿੱਚ ਦੂਰੋਂ ਨੇੜਿਓਂ ਚੱਲ ਕੇ ਆਏ ਸਾਡੇ ਵੀਰ ਭੈਣ ਭਰਾ ਬਜ਼ੁਰਗ ਛੋਟੇ ਛੋਟੇ ਬੱਚੇ ਪੰਚ ਸਰਪੰਚ ਸਾਹਿਬਾਨ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਤੋਂ ਸਾਡੇ ਵੀਰ ਸੰਧੂ ਸਾਉਂਡ ਸਾਰਿਆਂ ਨੂੰ ਨਿੱਘੀ ਜੀਆਂ ਨੂੰ ਵੈਲਕਮ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਦੇ ਵਾਲੇ ਆਣ ਕੇ ਸਿਰ ਝੁਕ ਜਾਂਦਾ ਮੇਰਾ ਜੀ ਪਹੁੰਚਾ ਹੋ ਗੋਬਿੰਦ ਸਿੰਘ ਜੀ ਪਹੁੰਚਾ ਹੋ ਗੋਬਿੰਦ ਸਿੰਘ ਆਪੇ ਬਣ ਚੋਦਾ ਪਹੁੰਚਾ ਹੋ ਗੋਬਿੰਦ ਸਿੰਘ ਆਪੇ ਬਣ ਚੋਦਾ
चलो बात कर लो, बैटरी मेरे को मगर घर के कोई शॉर्ट कर ले जल्दी एक अपाय वाले को ये कुत्ता को अरे ये तो चल जा मैं आ रहा हूं ये लड़के के